ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਆਪਣੇ ਚੈਨਲ 'ਤੇ ਵੈਲਕਮ ਆ। ਜਿੱਦਾਂ ਕਿ ਆਪਾਂ ਤੁਹਾਡੇ ਲਈ ਡਿਫਰੈਂਟ ਡਿਫਰੈਂਟ ਵੀਡੀਓਜ਼ ਜਿਹੜੀਆਂ ਲਿਆਉਂਦੇ ਰਹਿੰਦੇ ਹਾਂ, ਅਤੇ ਅੱਜ ਗੱਲ ਕਰਾਂਗੇ ਜੀ ਇਟਲੀ ਟੂ ਕੈਨੇਡਾ ਜਾਣ ਦੇ ਲਈ। ਜਿਹੜੇ ਵੀਰ ਇਟਲੀ ਦੇ ਵਿੱਚ ਮੂਵ ਹੋ ਰਹੇ ਨੇ, ਇਟਲੀ ਟੂ ਕੈਨੇਡਾ ਤੁਸੀਂ ਕਿੱਦਾਂ ਜਾ ਸਕਦੇ ਹੋ, ਠੀਕ ਹੈ ਜੀ। 3-4 ਤੁਹਾਨੂੰ ਪ੍ਰੋਗਰਾਮਸ ਜਿਹੜੇ ਮੈਂ ਦੱਸੂੰਗਾ। ਜੇਕਰ ਤੁਸੀਂ ਇਟਲੀ ਟੂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ, ਕਿਉਂਕਿ ਜੇਕਰ ਤੁਸੀਂ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਸੀਂ ਡਿਟੇਲ ਦੇ ਵਿੱਚ ਦੇਖਿਆ ਕਰੋ, ਤਾਂ ਕਿ ਤੁਹਾਨੂੰ ਜਿਹੜੀ ਪ੍ਰੋਪਰ ਜਾਣਕਾਰੀ ਜਿਹੜੀ ਮਿਲ ਸਕੇ। ਅਤੇ ਚਲੋ ਸ਼ੁਰੂ ਕਰਦੇ ਹਾਂ ਨਾ। ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਆਹ ਦੇਖ ਰਹੇ ਹੋ, ਜਿਹੜੇ ਕੈਨੇਡਾ ਗੌਰਮੈਂਟ ਦੀ ਅਫੀਸ਼ੀਅਲ ਵੈਬਸਾਈਟ ਹੈ ਇਹ, ਠੀਕ ਹੈ ਜੀ, ਇਮੀਗ੍ਰੇਸ਼ਨ ਦੀ, www.cic.gc.ca, ਠੀਕ ਹੈ ਜੀ। ਇਹ ਵੈਬਸਾਈਟ ਆ ਜਿਹੜੀ ਕੈਨੇਡਾ ਦੇ ਸਾਰੇ ਪ੍ਰੋਗਰਾਮਸ ਨੇ ਜਿੱਦਾਂ ਵੀ ਚੱਲਦੇ ਨੇ, ਚਾਹੇ ਜੋ ਵੀ ਕੋਈ ਵੀ ਪ੍ਰੋਗਰਾਮ ਚੱਲਦਾ ਵਰਕ, ਜਿੱਦਾਂ ਕਿ ਆਹ ਤੁਸੀਂ ਥੱਲੇ ਦੇਖ ਰਹੇ ਹੋ, ਮਾਈ ਐਪਲੀਕੇਸ਼ਨ, ਵਿਜ਼ਿਟ ਵੀਜ਼ਾ, ਇਮੀਗ੍ਰੇਟ, ਵਰਕ, ਸਟੱਡੀ, ਸਿਟੀਜ਼ਨਸ਼ਿਪ, ਨਿਊ ਇਮੀਗ੍ਰੈਂਟਸ, ਕੈਨੇਡੀਅਨਸ, ਰਿਫਿਊਜੀ ਐਂਡ ਅਸਾਈਲਮਸ, ਇਨਫੋਰਮਲ ਇਨਫੋਰਸਮੈਂਟ ਐਂਡ ਵਾਇਲੇਸ਼ਨਸ। ਮਤਲਬ ਜੋ ਵੀ ਤੁਹਾਡਾ, ਤੁਸੀਂ ਜਿਹੜਾ ਵੀ ਪ੍ਰੋਗਰਾਮ ਤੁਸੀਂ ਸਿਲੈਕਟ ਕਰਨਾ, ਮੈਂ ਤੁਹਾਨੂੰ 3 ਪ੍ਰੋਗਰਾਮ ਦੱਸ ਦਿੰਦਾ। ਜਿੱਦਾਂ ਸਭ ਤੋਂ ਪਹਿਲਾਂ ਤੁਹਾਨੂੰ ਬੇਸਿਕ ਪਤਾ ਹੀ ਹੈ ਵੀ ਜਿਹੜਾ ਟੂਰਿਸਟ ਵੀਜ਼ੇ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਟੂਰਿਸਟ ਵੀਜ਼ੇ 'ਤੇ ਇੱਦਾਂ ਤੁਹਾਡੇ ਅਕਾਊਂਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ 5-6 ਲੱਖ ਰੁਪਈਆ ਮਤਲਬ ਚਾਹੀਦਾ, ਜੇਕਰ ਸਿੰਗਲ ਬੰਦਾ ਮਤਲਬ ਅਪਲਾਈ ਕਰਨਾ ਚਾਹੁੰਦਾ। ਅਤੇ ਤੁਸੀਂ ਇਟਲੀ ਜਿੱਥੇ ਵੀ ਕੰਮ ਕਰਦੇ ਹੋ, ਜਿੱਦਾਂ ਦਾ ਵੀ ਕੰਮ ਕਰਦੇ ਹੋ, ਤੁਹਾਡਾ ਜਿਹੜਾ ਅਕਾਊਂਟ ਦੇ ਵਿੱਚ ਸੈਲਰੀ ਹੋਣੀ ਚਾਹੀਦੀ ਹੈ, ਜਾਂ ਫਿਰ ਤੁਹਾਡੇ ਕੋਲ ਸੈਲਰੀ ਸਲਿਪਸ ਚਾਹੀਦੀਆਂ, ਮਤਲਬ ਅਕਾਊਂਟ ਦੇ ਵਿੱਚ ਜਿਹੜਾ ਤੁਹਾਡਾ ਬੈਲੈਂਸ ਹੈ ਟ੍ਰਾਂਸਫਰ ਹੋਣਾ ਚਾਹੀਦਾ, ਠੀਕ ਹੈ ਜੀ। ਅਤੇ ਉਹ ਤੋਂ ਬਿਨਾਂ ਤੁਸੀਂ ਇਹਦੇ ਵਿੱਚ ਤੁਸੀਂ ਆਪਣੇ ਹੋਰ ਡਾਕੂਮੈਂਟਸ ਲਾ ਸਕਦੇ ਹੋ, ਜਿੱਦਾਂ ਤੁਸੀਂ ਤੁਹਾਡੇ ਕੋਲ ਕੋਈ ਪ੍ਰੋਪਰਟੀ ਆ, ਜਾਂ ਹੋਰ ਵੀ ਬਹੁਤ ਸਾਰੇ ਮਤਲਬ ਲੱਗ ਜਾਂਦੇ। ਜੇਕਰ ਤੁਹਾਡੇ ਕੋਲ ਇਨਕਮ ਵਧੀਆ, ਸਭ ਤੋਂ ਬੈਸਟ ਤਾਂ ਚੀਜ਼ ਆ ਵੀ ਜੇਕਰ ਤੁਹਾਡੀ ਇਨਕਮ ਸਭ ਤੋਂ ਵਧੀਆ, ਵੀ ਤੁਸੀਂ ਵਧੀਆ ਪੈਸੇ ਕਮਾਉਂਦੇ ਹੋ, ਤਾਂ ਤੁਸੀਂ ਇਹ ਵੀਜ਼ਾ ਅਪਲਾਈ ਕਰਕੇ ਉੱਥੇ ਜਾ ਕੇ ਤੁਸੀਂ ਜਿਹੜਾ ਵਿਜ਼ਟਰ ਵੀਜ਼ੇ ਤੋਂ ਆਪਣਾ ਜਿਹੜਾ ਕਨਵਰਟ ਕਰਾ ਕੇ ਵਰਕ ਪਰਮਿਟ ਦੇ ਵਿੱਚ ਐਕਸਚੇਂਜ ਕਰਾ ਸਕਦੇ ਹੋ। ਦੂਜੇ ਨੰਬਰ 'ਤੇ ਆ ਜਾਂਦਾ ਜੀ, ਜੇਕਰ ਤੁਸੀਂ ਡਾਇਰੈਕਟ PR ਜਾਣਾ ਚਾਹੁੰਦੇ ਹੋ, ਇਹ 2-3 ਪ੍ਰੋਗਰਾਮ ਚੱਲਦੇ ਨੇ, ਜਿੱਦਾਂ ਕਿ ਸਸਕੈਚਵਨ ਦਾ ਚੱਲਦਾ ਹੈ, ਮੈਨੀਟੋਬਾ ਦਾ ਚੱਲਦਾ, ਬਹੁਤ ਸਾਰੀਆਂ ਪ੍ਰੋਵਿੰਸਿਸ ਚੱਲਦੀਆਂ, PNP ਪ੍ਰੋਗਰਾਮਸ ਕਹਿੰਦੇ ਨੇ। ਜਿਹੜੇ ਬੰਦੇ ਘੱਟ ਪੜ੍ਹੇ ਲਿਖੇ ਨੇ ਜਾਂ ਜਿਹੜੇ ਬੰਦਿਆਂ ਦੀ ਇੰਗਲਿਸ਼ ਲੈਂਗੁਏਜ ਆ ਜਿਹੜੀ ਬੈਂਡ ਇੰਨੇ ਰਿਕੁਆਇਰ ਨਹੀਂ ਕਰ ਸਕਦੇ, ਉਹਨਾਂ ਦੇ ਲਈ ਇਹ ਜਿਹੜਾ ਪ੍ਰੋਗਰਾਮ ਵਧੀਆ। ਇਹਦੇ ਵਿੱਚ PNP ਪ੍ਰੋਗਰਾਮ ਦੇ ਵਿੱਚ ਕੀ ਆ, CRS ਸਕੋਰ ਆ ਜਿਹੜਾ ਡਾਊਨ ਲਿਆ ਜਾਂਦਾ। ਅਤੇ ਇਹਦੇ ਵਿੱਚ ਕੀ ਹੁੰਦਾ ਵੀ PNP ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜਾ ਅਲੱਗ ਅਲੱਗ ਟਾਈਪ ਸਕਿੱਲ ਟਾਈਪ ਹੁੰਦੇ ਨੇ, ਜਿੱਦਾਂ ਕਿ ਪਲੰਬਰਸ, ਇਲੈਕਟ੍ਰੀਕਲਸ ਜਾਂ ਫਾਰਮਰਸ ਜਾਂ ਕਿਸੇ ਵੀ, ਹੈ ਨਾ, ਤੁਸੀਂ ਜਿੱਦਾਂ ਟਰੱਕ ਡਰਾਈਵਰ, ਹੈਵੀ ਟਰੱਕ ਡਰਾਈਵਰ, ਇਹਨਾਂ ਦੇ ਵਿੱਚ ਜਿਹੜੀਆਂ ਅਲੱਗ ਅਲੱਗ ਸਿਸਟਮ ਆ, PNP ਪ੍ਰੋਗਰਾਮ ਦੇ ਅੰਡਰ ਤੁਸੀਂ ਅਪਲਾਈ ਕਰ ਸਕਦੇ ਹੋ। ਤੀਜੇ ਨੰਬਰ 'ਤੇ ਆਉਂਦਾ ਜੀ, ਜਿਹੜਾ ਸਭ ਤੋਂ ਫਾਸਟ ਵੇ ਆ ਔਰ ਸਭ ਤੋਂ ਵਧੀਆ ਵੇ ਆ ਔਰ ਸਭ ਤੋਂ ਜ਼ਿਆਦਾ ਇਹ ਸਕਸੈਸਫੁਲ ਆ, ਇਹ ਆਲ ਓਵਰ ਇੰਡੀਆ ਤੋਂ ਵੀ ਚੱਲਦਾ, ਇਹਨੂੰ ਕੀ ਕਹਿੰਦੇ ਆ, ਐਕਸਪ੍ਰੈਸ ਐਂਟਰੀ। ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਵੀ ਦਿੰਦਾ, ਠੀਕ ਹੈ ਜੀ, ਆਹ ਦੇਖੋ ਲਿਖਿਆ ਹੋਇਆ ਐਕਸਪ੍ਰੈਸ ਐਂਟਰੀ। ਇਹਦੇ ਵਿੱਚ ਕੀ ਹੁੰਦਾ ਵੀ ਤੁਹਾਡੇ ਸੀ ਆ, ਤੁਸੀਂ ਦੇਖਿਆ ਹੋਣਾ ਕਈ ਵਾਰ ਕਈ ਵੀਡੀਓਜ਼, ਉਹਦੇ ਵਿੱਚ ਦੱਸਿਆ ਜਾਂਦਾ ਵੀ ਐਕਸਪ੍ਰੈਸ ਐਂਟਰੀ ਦਾ ਜਿਹੜਾ ਡਰਾਅ ਉਹ 5:30 ਦਾ ਨਿਕਲਿਆ ਜਾਂ 4:30 ਦਾ ਨਿਕਲਿਆ। ਇਹਦੇ ਵਿੱਚ ਕੀ ਆ, ਤੁਹਾਡੇ ਟੋਟਲ ਜਿਹੜੇ ਪੁਆਇੰਟਸ ਕਾਊਂਟ ਕੀਤੇ ਜਾਂਦੇ, ਜੋ ਤੁਹਾਡੀ ਐਜੂਕੇਸ਼ਨ ਕੀ ਆ, ਤੁਹਾਡਾ ਐਕਸਪੀਰੀਅੰਸ ਕੀ ਆ, ਅਤੇ ਤੁਹਾਡੀ ਏਜ਼ ਕੀ ਆ, ਠੀਕ ਹੈ ਜੀ, ਅਤੇ ਉਹ ਤੋਂ ਬਾਅਦ ਤੁਹਾਡੇ ਕੋਲ ਕਿੰਨਾ ਐਕਸਪੀਰੀਅੰਸ ਆ, ਇਹ ਸਾਰਾ ਕੁਝ ਕਾਊਂਟ ਕਰਕੇ ਇਹਦੇ ਵਿੱਚ। ਉਹ ਤੋਂ ਬਾਅਦ ਜੇਕਰ ਤੁਸੀਂ ਫੈਮਿਲੀ ਹੋ ਤਾਂ ਤੁਹਾਡੀ ਜਿਹੜੀ ਵਾਈਫ ਆ ਉਹਦੀ ਸਟੱਡੀ ਕਿੰਨੀ ਆ, ਤੁਹਾਡੀ ਹਾਇਰ ਸਟੱਡੀ ਕਿੰਨੀ ਆ, ਜੇਕਰ ਤੁਹਾਡੇ ਬੱਚੇ ਆ ਤਾਂ ਉਹਨਾਂ ਦੇ ਪੁਆਇੰਟ ਵੀ ਇਹਦੇ ਵਿੱਚ ਕਾਊਂਟ ਕੀਤੇ ਜਾਂਦੇ ਆ। ਜੇਕਰ ਤੁਸੀਂ ਜ਼ਿਆਦਾ ਡਿਟੇਲ 'ਚ ਦੇਖਣਾ ਐਕਸਪ੍ਰੈਸ ਐਂਟਰੀ ਦੇ ਅੰਡਰ, ਤਾਂ ਤੁਸੀਂ ਇਹ ਵੈਬਸਾਈਟ 'ਤੇ ਜਾ ਕੇ ਓਪਨ ਕਰ ਸਕਦੇ ਹੋ, ਤੁਸੀਂ ਸਾਰੀ ਡਿਟੇਲ ਦੇ ਵਿੱਚ ਦੇਖ ਸਕਦੇ ਹੋ। ਇਹਦੇ ਵਿੱਚ ਕੀ ਆ ਵੀ ਜਿਹੜੀ ਜੇਕਰ ਤੁਹਾਡੇ CRS ਸਕੋਰ ਵਧੀਆ ਬਣ ਜਾਂਦੇ, ਜਿੰਨੇ ਤੁਹਾਡੇ ਜ਼ਿਆਦਾ ਬੈਂਡ ਆ ਜਾਣਗੇ ਉਨੀ ਛੇਤੀ ਮਤਲਬ ਤੁਹਾਡੀ ਫਾਈਲ ਆ ਜਿਹੜੀ ਪਿੱਕ ਹੋ ਜੂਗੀ। ਜਿੰਨੇ ਤੁਹਾਡੇ CRS ਸਕੋਰ ਆ ਜਿਹੜਾ ਹਾਈ ਹੋ ਜੂਗਾ, ਉਹਦੇ ਉਨੇ ਜ਼ਿਆਦਾ ਚਾਂਸ ਹੋ ਜਾਂਦੇ ਨੇ।
ਠੀਕ ਹੈ, ਤੇ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਪੱਕੇ ਤੌਰ ਤੇ। ਮਤਲਬ ਤੁਸੀਂ ਇਟਲੀ ਦੇ ਵਿੱਚੋਂ ਹੀ ਤੁਸੀਂ ਜਿਹੜਾ PR ਜਾਓਗੇ ਡਾਇਰੈਕਟ, ਤੇ ਇਹਦਾ ਇਹ ਸਭ ਤੋਂ ਵਧੀਆ ਪ੍ਰੋਗਰਾਮ ਹੈ। ਬਾਕੀ ਅਗਲੇ ਹੋਰ ਪ੍ਰੋਗਰਾਮ ਬਹੁਤ ਸਾਰੇ ਨੇ, ਮੈਂ ਤੁਹਾਨੂੰ ਡਿਟੇਲ 'ਚ ਫਿਰ ਦੱਸਾਂਗਾ ਅਗਲੀ ਵੀਡੀਓ 'ਤੇ। ਵੀਡੀਓ ਲਾਈਕ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਚੰਗਾ ਬਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।